ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਗੱਡੀ ਦਾ ਅਚਾਨਕ ਹੀ ਟਾਇਰ ਫਟ ਗਿਆ ਅਤੇ ਗੱਡੀ ਕਈ ਪਲਟੀਆਂ ਖਾਂਦੀ ਹੋਈ ਸਿੱਧਾ ਹੀ ਜਾ ਕੇ ਟਰੱਕ ਦੇ ਨਾਲ ਟਕਰਾ ਗਈ ਹੈ। ਤਾਂ ਦੱਸ ਦਈਏ ਕਿ 150 ਦੀ ਸਪੀਡ ਦੇ ਉੱਤੇ ਇਹ ਪੁਲਿਸ ਮੁਲਾਜ਼ਮ ਦੇ ਵੱਲੋਂ ਸਕੋਰਪੀਓ ਕਾਰ ਚਲਾਈ ਜਾ ਰਹੀ ਸੀ ਅਤੇ ਅਚਾਨਕ ਹੀ ਕਿਹਾ ਜਾ ਰਿਹਾ ਕਿ ਇਸਦਾ ਟਾਇਰ ਫਟ ਜਾਂਦਾ ਹੈ। ਟਾਇਰ ਫਟਣ ਤੋਂ ਬਾਅਦ ਗੱਡੀ ਕਈ ਪਲਟੀਆਂ ਖਾ ਜਾਂਦੀ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਪੂਰੀ ਕਰਕੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਉੱਥੇ ਲੋਕਾਂ ਦਾ ਕਹਿਣਾ ਹੈ ਕਿ ਪੇਪਰ ਮਿੱਲ ਦੇ ਕੋਲ ਜਿੱਥੇ ਹਾਦਸਾ ਵਾਪਰਿਆ ਉੱਥੇ ਅਕਸਰ ਹੀ ਵੱਡੇ ਵੱਡੇ ਟਰੱਕ ਨਿਕਲਦੇ ਰਹਿੰਦੇ ਨੇ, ਧੂੜ ਹੁੰਦੀ ਹੈ, ਧੂੜ ਮਿੱਟੀ ਦੇ ਕਾਰਨ ਕਿਹਾ ਜਾ ਰਿਹਾ ਕਿ ਹਾਦਸਾ ਵਾਪਰਿਆ। ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਅਸਲ ਹਾਦਸੇ ਦੇ ਕਾਰਨ ਕੀ ਨੇ, ਪਰ ਪੁਲਿਸ ਦਾ ਕਹਿਣਾ ਹੈ ਕਿ ਜੋ ਇਹ ਹਾਦਸਾ ਵਾਪਰਿਆ ਉਹ ਗੱਡੀ ਦਾ ਟਾਇਰ ਫਟਣ ਦੇ ਕਾਰਨ ਹੀ ਵਾਪਰਿਆ। ਤਾਂ ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਜਿਹੜੀ ਸਕੋਰਪੀਓ ਗੱਡੀ ਸੀ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸਕੋਰਪੀਓ ਕਾਰ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਹੋਈ ਹੈ ਅਤੇ ਇਸ ਦੇ ਵਿੱਚ ਸਵਾਰ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਹਾਂਜੀ ਭਾਅ ਜੀ, ਕੀ ਨਾਂ ਜੀ ਆਪਣਾ ਅਤੇ ਕੀ ਹੋਇਆ ਕੀ ਸੀ? ਭਾਅ ਜੀ ਮੇਰਾ ਨਾਂ ਜਗਜੀਤ ਸਿੰਘ ਸੰਧੂ ਜੀ। ਭਾਅ ਜੀ ਨਾ ਜਲੰਧਰ ਵਾਲੀ ਸਾਈਡ ਤੋਂ ਸਕਾਰਪੀਓ ਗੱਡੀ ਆ ਰਹੀ ਕਮ ਸੇ ਕਮ 150 ਸਪੀਡ 'ਤੇ, ਅਤੇ ਗੱਡੀ ਦਾ ਅਗਲਾ ਟਾਇਰ ਫਟ ਗਿਆ ਜੀ। ਟਾਇਰ ਫਟਣ ਕਾਰਨ ਗੱਡੀ ਆ ਕੇ ਇੱਥੇ ਟਰੱਕ ਖਲੋਤਾ ਸੀ ਥੱਲੇ ਸਰਵਿਸ ਰੋਡ 'ਤੇ, ਉਹਦੇ ਪਿੱਛੇ ਵੱਜੀ ਅਤੇ ਮੁੰਡੇ ਡੈਥ ਹੋ ਗਈ। ਅਤੇ ਬੰਦੇ ਦੀ ਕੋਈ ਪਛਾਣ ਹੋਈ ਹੈ? ਬੰਦਾ ਜੀ ਪੰਜਾਬ ਪੁਲਿਸ ਦਾ ਮੁਲਾਜ਼ਮ ਸੀਗਾ ਦੱਸ ਦਿਓ। ਠੀਕ ਹੈ, ਹਾਂਜੀ ਹਾਂਜੀ। ਹਾਂਜੀ ਸਰ, ਕਿਹੜਾ ਐਕਸੀਡੈਂਟ ਹੋਇਆ, ਕਿੱਥੇ ਹੋਇਆ ਅਤੇ ਕਿਸ ਗੱਡੀ ਦਾ ਹੋਇਆ? ਇਹ ਸਕਾਰਪੀਓ ਗੱਡੀ ਹੈ ਕਾਲੇ ਰੰਗ ਦੀ, ਅਤੇ ਖੰਨਾ ਪੇਪਰ ਮਿਲ ਲਿਆ ਇਹ ਫਤਿਹਗੜ੍ਹ ਚੂੜੀਆਂ ਬਾਈਪਾਸ ਰੋਡ ਲਾਗੇ, ਅਤੇ ਉੱਥੇ ਗੱਡੀ ਦਾ ਟਾਇਰ ਪਾਟਾ ਵਾ, ਅਤੇ ਟਾਇਰ ਪਾਟਣ ਕਾਰਨ ਹੀ ਐਕਸੀਡੈਂਟ ਹੋਇਆ ਕਿ ਗੱਡੀ ਨਾ ਪਲਟੀਆਂ ਖਾ ਗਈ, ਅਤੇ ਉਹ ਗੱਡੀ ਦਾ ਬਾਅਦ ਵਿੱਚ ਮੁੜ ਕੇ ਸਾਰਾ ਹੀ ਚੂਰਾ ਚੂਰਾ ਹੋ ਗਈ ਆ। ਅਤੇ ਇੱਥੋਂ ਸਾਨੂੰ ਵੀ ਅਸੀਂ ਗਸ਼ਤ ਕਰਦੇ ਆਉਣ ਡੇ ਹਾਂ ਗੋਲਡਨ ਗੇਟ ਵੱਲੋਂ, ਅਤੇ ਅਸੀਂ ਵੀ ਇੱਥੇ ਆ ਕੇ ਲੋਕਾਂ ਨੂੰ ਪੁੱਛਿਆ ਡੈਡ ਬੋਡੀ ਅਜੇ ਪਹਿਲਾਂ ਪਤਾ ਨਹੀਂ ਉਹ ਮੁੰਡਾ ਹੈਗਾ ਕਿ ਜਾਂ ਨਹੀਂ ਹਜੇ ਹੈਗਾ, ਲਾਗੇ ਲੋਕਾਂ ਕੋਲ ਪਤਾ ਲੱਗਾ ਵੀ ਉਹਨੂੰ ਅਮਨਦੀਪ ਲੈ ਕੇ ਗਏ ਆ, ਅਤੇ ਜਾਂ ਇੱਕ ਉਹਨਾਂ ਦਾ ਮੁੰਡਾ ਇੱਕ ਗੁਆਂਢੀ ਆਇਆ ਸੀ, ਉਹਨੇ ਸਾਨੂੰ ਉਹਦਾ ਬਾਰੇ ਦੱਸਿਆ, ਉਹਦਾ ਨਾਂ ਦੱਸਿਆ ਵਾ ਅਤੇ ਉਹਦੇ ਘਰਦਿਆਂ ਬਾਰੇ ਇੱਦਾਂ ਦੱਸਿਆ, ਇਹਦੇ ਹਜੇ ਅਮਨਦੀਪ ਖੜਿਆ ਵਾ ਉੱਥੋਂ, ਮੁੰਡਾ ਪੰਜਾਬ ਪੁਲਿਸ ਦੇ ਵਿੱਚ ਹੈਗਾ ਸੀ। ਉਹ ਉਮਰ ਉਹਦੀ ਕੋਈ 25 ਤੋਂ 30 ਦੇ 30 ਦੇ ਵਿੱਚ ਗਏ ਡੇ, 30 ਸਾਲ ਉਹਦੀ ਉਮਰ ਹੈਗੀ ਆ। ਉਹ ਹੈਗਾ ਸੀ ਆਪਣਾ ਮੋਹਨ ਐਵੀਨਿਊ, ਇੱਥੇ ਚਾਂਦ ਐਵੀਨਿਊ ਦੇ ਲਾਗੇ, ਉੱਥੇ ਉਹ ਰਹਿਣ ਵਾਲਾ ਸੀ ਉੱਥੋਂ ਦਾ, ਅਤੇ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ ਸਾਡੇ। ਹਾਂਜੀ, ਆਪਣੇ ਘਰ ਨੂੰ ਜਾ ਰਿਹਾ, ਡਿਊਟੀ ਆਫ ਕਰਕੇ ਆਪਣੇ ਘਰ ਨੂੰ ਜਾ ਰਿਹਾ। ਪਰਿਵਾਰ ਨਾਲ ਤਾਂ ਸਾਡੀ ਕੋਈ ਗੱਲਬਾਤ ਹੋਈ ਨਹੀਂ ਉੱਦਾਂ, ਪਰ ਥਾਣੇ ਵਾਲੇ ਆਏ ਸੀ, ਉਹ ਗਏ ਥਾਣੇ ਵਾਲੇ ਅਮਨਦੀਪ ਹੋਸਪਿਟਲ ਲੈ ਕੇ।